ਅੱਜ ਦੀ ਕਹਾਣੀ ਦਾ ਨਾਂ ਹੈ ਬਹੁਟੀ ਕਿਸਦੀ। ਕਿਸਦੀ ਬਹੁਟੀ। ਇੱਕ ਪਿੰਡ ਵਿੱਚ ਇੱਕ ਤਰਖਾਣ, ਦਰਜੀ, ਸੁਨਿਆਰਾ ਅਤੇ ਪੰਡਿਤ ਰਿਹਾ ਕਰਦੇ ਸਨ, ਜਿਨ੍ਹਾਂ ਦਾ ਆਪੋ ਵਿੱਚ ਬੜਾ ਪਿਆਰ ਸੀ। ਉਹ ਚਾਰੋ ਆਪੋ ਆਪਣੇ ਹੁਨਰ ਵਿੱਚ ਬੜੇ ਤਾਕ ਸਨ, ਪਰ ਪਿੰਡ ਵਿੱਚ ਉਹਨਾਂ ਦੀ ਕਲਾ ਦਾ ਕੋਈ ਮੁੱਲ ਨਹੀਂ ਸੀ ਪਿਆ। ਸੋ ਉਹਨਾਂ ਨੇ ਸੋਚਿਆ, ਕਿਉਂ ਨਾ ਪ੍ਰਦੇਸ਼ ਜਾਇਆ ਜਾਵੇ। ਲੋਕੀ ਪ੍ਰਦੇਸ਼ਾਂ ਵਿੱਚੋਂ ਕਾਫ਼ੀ ਸਾਰਾ ਧਨ ਕਮਾ ਕੇ ਲਿਆ ਰਹੇ ਸਨ, ਕਿਉਂ ਨਾ ਉਹ ਵੀ ਆਪਣੀ ਕਿਸਮਤ ਅਜਮਾ ਕੇ ਵੇਖਣ। ਸੋ ਚਾਰੋ ਆਪੋ ਆਪਣਾ ਸਮਾਨ ਚੱਕ ਪਿੰਡੋਂ ਨਿਕਲ ਤੁਰੇ। ਰਾਹ ਵਿੱਚ ਇੱਕ ਜੰਗਲ ਪੈਂਦਾ ਸੀ। ਉੱਥੋਂ ਲੰਘਦਿਆਂ ਉਹਨਾਂ ਨੂੰ ਰਾਤ ਪੈ ਗਈ। ਉਹ ਚਾਰੋ ਖਾ ਪੀ ਕੇ ਇੱਕ ਦਰਖਤ ਹੇਠਾਂ ਆਰਾਮ ਕਰਨ ਲਈ ਲੰਬੇ ਪੈ ਗਏ। ਜੰਗਲ ਡਰਾਉਣਾ ਸੀ। ਰਾਤ ਵੇਲੇ ਕੋਈ ਜੰਗਲੀ ਜਾਨਵਰ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਸੀ, ਜਾਂ ਕੋਈ ਚੋਰ ਚੱਕਾ ਉਹਨਾਂ ਦੇ ਕੱਪੜੇ ਲੱਤੇ ਅਤੇ ਹੋਰ ਸਮਾਨ ਚੁੱਕ ਕੇ ਲਿਜਾ ਸਕਦਾ ਸੀ। ਇਸ ਲਈ ਉਹਨਾਂ ਚੌਹਾਂ ਨੇ ਸੋਚਿਆ ਕਿ ਚਾਰ ਪਹਿਰਾਂ ਦੀ ਰਾਤ ਹੈ, ਕਿਉਂ ਨਾ ਉਹ ਚਾਰੋ ਵਾਰੋ ਵਾਰੀ ਇੱਕ ਪਹਿਰ ਲਈ ਪਹਿਰਾ ਦੇਣ। ਪਹਿਲਾ ਪਹਿਰਾ ਤਰਖਾਣ ਦਾ ਸੀ। ਉਸ ਨੂੰ ਵਿਹਲੇ ਬੈਠਣ ਦੀ ਆਦਤ ਨਹੀਂ ਸੀ ਤੇ ਸਾਰੀ ਰਾਤ ਉਸਨੇ ਜਾਗ ਕੇ ਨਗਾਉਣੀ ਸੀ। ਉਸ ਦੀ ਕਲਪਨਾ ਨੇ ਇੱਕ ਮੁਟਿਆਰ ਦਾ ਸੁਪਨਾ ਲਿਆ। ਫਿਰ ਉਸ ਤਰਖਾਣ ਨੇ ਆਪਣੇ ਹਥਿਆਰ ਕੱਢੇ ਅਤੇ ਲੱਕੜੀ ਕੱਟ ਕੇ ਕਾਠ ਦੀ ਇੱਕ ਖੂਬਸੂਰਤ ਪੁਤਲੀ ਸਿਰਜਦੀ। ਉਸ ਦੇ ਅੰਗਾਂ ਨੂੰ ਤਰਖਾਣ ਨੇ ਬੜੀ ਮਿਹਨਤ ਨਾਲ ਸਵਾਰਿਆ ਅਤੇ ਨਏ ਨਕਸ਼ ਘੜੇ। ਇਉਂ ਲੱਗਦਾ ਸੀ ਕਿ ਉਹ ਪੁਤਲੀ ਜਿਵੇਂ ਸੱਚਮੁੱਚ ਹੀ ਮੁਟਿਆਰ ਹੋਵੇ। ਇਤਨੀ ਦੇਰ ਤੱਕ ਤਰਖਾਣ ਦਾ ਪਹਿਰਾ ਮੁੱਕ ਗਿਆ ਅਤੇ ਦਰਜੀ ਦੀ ਵਾਰੀ ਆਈ। ਦਰਜੀ ਨੇ ਦਰਖਤ ਦੇ ਕੋਲ ਕਾਠ ਦੀ ਖੂਬਸੂਰਤ ਪੁਤਲੀ ਵੇਖੀ ਤਾਂ ਵਕਤ ਗੁਜ਼ਾਰਨ ਲਈ ਉਸਨੇ ਸੂਈ ਧਾਗਾ ਅਤੇ ਕੱਪੜੇ ਲੈ ਕੇ ਪੁਤਲੀ ਲਈ ਬਸਤਰ ਤਿਆਰ ਕਰ ਦਿੱਤੇ। ਜਦੋਂ ਤੱਕ ਦਰਜੀ ਦਾ ਪਹਿਰਾ ਮੁੱਕਿਆ, ਉਸ ਪੁਤਲੀ ਵਾਸਤੇ ਦਿਲਕਸ਼ ਪੁਸ਼ਾਕ ਸਿਉਂ ਕੇ ਉਸਨੇ ਪਹਿਨਾ ਦਿੱਤੀ ਸੀ। ਤੀਜੀ ਵਾਰੀ ਸੁਨਿਆਰ ਦੀ ਆਈ। ਸੁਨਿਆਰ ਨੇ ਦਰਖਤ ਦੇ ਹੇਠਾਂ ਵਸਤਰਧਾਰੀ ਸੁੰਦਰ ਪੁਤਲੀ ਵੇਖੀ। ਉਸਨੇ ਅੰਦਾਜ਼ਾ ਲਗਾਇਆ ਕਿ ਤਰਖਾਣ ਨੇ ਆਪਣੀ ਕਲਾ ਦਾ ਜ਼ੋਰ ਵਿਖਾਉਣ ਲਈ ਉਸ ਪੁਤਲੀ ਨੂੰ ਘੜਿਆ ਹੋਵੇਗਾ। ਦਰਜੀ ਨੇ ਉਸਨੂੰ ਪੁਸ਼ਾਕ ਪਹਿਨਾ ਦਿੱਤੀ ਹੋਵੇਗੀ, ਕਿਉਂ ਨਾ ਉਹ ਵੀ ਆਪਣੀ ਕਲਾ ਵਿਖਾਵੇ। ਸੋ ਸੁਨਿਆਰੇ ਨੇ ਆਪਣੇ ਔਜ਼ਾਰ ਕੱਢ ਕੇ ਨੱਥ ਅਤੇ ਕੰਗਣ ਘੜੇ ਅਤੇ ਉਸ ਪੁਤਲੀ ਦੇ ਨੱਕ ਵਿੱਚ ਨੱਥ ਅਤੇ ਬਾਹਾਂ ਵਿੱਚ ਕੰਗਣ ਪਹਿਨਾ ਦਿੱਤੇ। ਸੁਨਿਆਰੇ ਤੋਂ ਮਗਰੋਂ ਪਹਿਰੇ ਦੀ ਵਾਰੀ ਪੰਡਿਤ ਦੀ ਸੀ। ਉਸ ਦੀ ਨਜ਼ਰ ਜਦੋਂ ਪੁਤਲੀ ਉੱਤੇ ਪਈ ਤਾਂ ਉਹ ਬਹੁਤ ਹੈਰਾਨ ਹੋਇਆ। ਦੂਰੋਂ ਇਹੋ ਜਾਪਦਾ ਸੀ ਜਿਵੇਂ ਉਹ ਸੱਚਮੁੱਚ ਹੀ ਕੋਈ ਮੁਟਿਆਰ ਹੋਵੇ। ਉਹ ਸਮਝ ਗਿਆ ਸੀ ਕਿ ਇਸ ਪੁਤਲੀ ਨੂੰ ਤਰਖਾਣ ਨੇ ਘੜਿਆ ਹੋਵੇਗਾ, ਦਰਜੀ ਨੇ ਪੁਸ਼ਾਕ ਪਹਿਨਾਈ ਹੋਵੇਗੀ ਅਤੇ ਸੁਨਿਆਰੇ ਨੇ ਗਹਿਣੇ। ਕਿਉਂ ਨਾ ਉਹ ਵੀ ਆਪਣੇ ਹੁਨਰ ਕਲਾ ਦਿਖਾਵੇ। ਪੰਡਿਤ ਨੇ ਪੁਤਲੀ ਵਿੱਚ ਪ੍ਰਾਣ ਫੂਕਣ ਲਈ ਪਹਿਲਾਂ ਹਵਨ ਕੁੰਡ ਬਣਾਇਆ, ਫਿਰ ਉਸ ਵਿੱਚ ਕੁਝ ਵਿਸ਼ੇਸ਼ ਤਰ੍ਹਾਂ ਦੇ ਕਰਮ ਕਾਂਡ ਕਰਕੇ ਮੰਤਰਾਂ ਦਾ ਉਚਾਰਨ ਕੀਤਾ। ਫਿਰ ਪੰਡਿਤ ਨੇ ਆਪਣੀ ਚੀ ਚੀ ਉਂਗਲੀ ਵਿੱਚੋਂ ਲਹੂ ਕੱਢ ਕੇ ਪੁਤਲੀ ਦੇ ਮੱਥੇ ਉੱਤੇ ਲਗਾਇਆ। ਉਸੇ ਵੇਲੇ ਉਸ ਪੁਤਲੀ ਵਿੱਚ ਜਾਨ ਪੈ ਗਈ। ਉਦੋਂ ਤੱਕ ਸਵੇਰ ਹੋ ਚੁੱਕੀ ਸੀ ਅਤੇ ਪੰਡਿਤ ਦੇ ਬਾਕੀ ਤਿੰਨੋਂ ਸਾਥੀ ਵੀ ਜਾਗ ਪਏ ਸਨ। ਪੁਤਲੀ ਨੂੰ ਸੁਰਜੀਤ ਵੇਖ ਕੇ ਚਾਰੋ ਉਸ ਨੂੰ ਗ੍ਰਹਿਣ ਕਰਨ ਲਈ ਤਰਲੋ ਮੱਛੀ ਹੋਣ ਲੱਗ ਪਏ। ਉਸ ਕੰਨਿਆ ਦੀ ਸਿਰਜਣਾ ਵਿੱਚ ਚੌਹਾਂ ਨੇ ਕੁਝ ਨਾ ਕੁਝ ਹਿੱਸਾ ਪਾਇਆ ਸੀ, ਸੋ ਹਰੇਕ ਨੇ ਆਪੋ ਆਪਣਾ ਹੱਕ ਜਿਤਾਇਆ, ਜਿਸ ਕਰਕੇ ਚੌਹਾਂ ਦੋਸਤਾਂ ਵਿੱਚ ਝਗੜਾ ਹੋ ਗਿਆ। ਚਾਰੋ ਦੋਸਤ ਇਹ ਕਹਿਣ ਲੱਗ ਗਏ ਕਿ ਇਹ ਬਹੁਟੀ ਮੇਰੀ ਹੈ। ਜਦੋਂ ਝਗੜਾ ਵੱਧਦਾ ਗਿਆ ਤਾਂ ਉਹ ਚਾਰੇ ਕੰਨਿਆ ਸਮੇਤ ਰਾਜੇ ਦੇ ਕੋਲ ਪਹੁੰਚੇ ਅਤੇ ਉਹਨਾਂ ਨੇ ਅਲਫ ਤੋਂ ਜੇ ਤੱਕ ਦਾ ਸਾਰਾ ਮਸਲਾ ਸੁਣਾ ਕੇ ਰਾਜੇ ਅੱਗੇ ਫੈਸਲਾ ਕਰਨ ਲਈ ਬੇਨਤੀ ਕੀਤੀ। ਰਾਜੇ ਨੇ ਸਭਨਾਂ ਦੀ ਗੱਲ ਸੁਣ ਕੇ ਸੋਚਿਆ ਅਤੇ ਵਿਚਾਰਿਆ ਅਤੇ ਆਪਣਾ ਫੈਸਲਾ ਸਮਾਜਿਕ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਇਉਂ ਦਿੱਤਾ। ਤਰਖਾਣ ਨੇ ਮੂਰਤੀ ਨੂੰ ਸਿਰਜਿਆ ਸੀ, ਉਹ ਮੂਰਤੀ ਦਾ ਜਨਮਦਾਤਾ ਤੇ
ਇਸ ਦੇ ਨਾਤੇ ਉਹ ਮੂਰਤੀ ਦਾ ਪਿਤਾ। ਦਰਜੀ ਨੇ ਉਸ ਪੁਤਰੀ ਨੂੰ ਵਸਤਰ ਪਹਿਨਾਏ ਅਤੇ ਕੰਨਿਆਂ ਦਾ ਨੰਗੇਜ ਢੱਕ ਕੇ ਉਸਦੀ ਲਾਜ ਰੱਖੀ। ਇਸ ਲਈ ਕੰਨਿਆਂ ਦੀ ਰੱਖਿਆ ਕਰਨ ਵਾਲਾ ਭਰਾ। ਸੋ ਦਰਜੀ ਭਰਾ ਦੇ ਸਮਾਨ ਹੋਇਆ। ਬ੍ਰਾਹਮਣ ਨੇ ਉਸ ਪੁਤਰੀ ਨੂੰ ਜਾਦਾਨ ਦਿੱਤਾ ਅਥਵਾ ਪ੍ਰਾਣ ਫੂਕੇ। ਉਹ ਗੁਰੂ ਰੂਪ ਹੈ, ਗੁਰੂ ਸ਼ਿਸ਼ ਦਾ ਦਰਜਾ ਆਦਰ ਲੈਣ ਦੇਣ ਦਾ ਹੈ, ਭੋਗਦਾ ਨਹੀਂ। ਅਤੇ ਸੁਨਿਆਰਾ ਜਿਸਨੇ ਕੰਨਿਆਂ ਨੂੰ ਗਹਿਣੇ ਪਹਿਨਾਏ ਉਹ ਇੱਕ ਮਾਂ ਦਾ ਦਰਜਾ ਦਿੰਦਾ ਹੈ। ਜਿਸਨੇ ਉਸਨੂੰ ਗਹਿਣੇ ਪਹਿਨਾਏ ਅਤੇ ਉਹਦੀ ਸੁੰਦਰਤਾ ਵਿੱਚ ਹੋਰ ਵਾਧਾ ਕੀਤਾ। ਇਸ ਲਈ ਉਹ ਹੁਣ ਰਾਜੇ ਦੀ ਵਹੁਟੀ ਹੋਵੇਗੀ।